ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚਲ ਦੇਖ ਰਹੇ ਦਰਸ਼ਕਾਂ ਦਾ ਆਪਜੀ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਦ ਕਰਦਾ ਨਾਲ ਦਾਸ ਵਰਿੰਦਰ ਸਿੰਘ ਵਿੱਕੀ ਤਾਂ ਜਿਸ ਟਾਈਮ ਅਸੀਂ ਹੈਗੇ ਆ ਮੌਜੂਦ ਹੈਗੇ ਆ ਬੰਬੇ ਦੇ ਵਿੱਚ, ਜੀ ਹਾਂ ਮੁੰਬਈ ਦੇ ਵਿੱਚ। ਔਰ ਅੱਜ ਤੁਹਾਨੂੰ ਲੈ ਕੇ ਜਾ ਰਹੇ ਅਸੀਂ ਗੋਲੀਵਾਲਾ ਦੀ ਉਸ ਸੁਸਾਇਟੀ ਦੇ ਵਿੱਚ ਜੋ ਕਿ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਮੌਜੂਦ ਹੈਗਾ। ਸਾਇਨ ਨਾਮ ਦਾ ਇਹ ਲੋਕੈਲਿਟੀ ਹੈਗੀ ਹੈ ਔਰ ਬੜੇ ਮਾਣ ਵਾਲੀ ਗੱਲ ਹੈਗੀ ਕਿ ਗੁਰੂ ਤੇਗ ਬਹਾਦਰ ਨਗਰ ਬੰਬੇ ਦੇ ਵਿੱਚ ਇੱਕ ਸਥਾਨ ਦਾ ਨਾਮ ਹੈ ਔਰ ਇੱਥੇ ਇੱਕ ਸਟੇਸ਼ਨ ਵੀ ਹੈਗਾ ਰੇਲਵੇ ਸਟੇਸ਼ਨ ਦਾ ਨਾਮ। ਔਰ ਉਹਨੂੰ ਕਿਹਾ ਜਾਂਦਾ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਰੇਲਵੇ ਸਟੇਸ਼ਨ ਇਹਨੂੰ ਕਿਹਾ ਜਾਂਦਾ ਹੈ ਗੁਰੂ ਤੇਗ ਬਹਾਦਰ ਰੇਲਵੇ ਸਟੇਸ਼ਨ, ਜੋ ਕਿ ਗੁਰੂ ਸਾਹਿਬ ਦੇ ਨਾਮ ਤੇ ਬਣਿਆ ਸੀਗਾ। ਤੇ ਉਸ ਸਥਾਨ ਤੇ ਕਿਉਂ ਬਣਿਆ, ਉਸ ਕਲੋਨੀ ਦਾ ਨਾਮ ਕਿਉਂ ਪਿਆ, ਉਹਦਾ ਕਾਰਨ ਸੀਗਾ ਕਿ ਇੱਥੇ ਬਹੁਤਾਇਤ ਜਿਹੜੀ ਹੈਗੀ ਹੈ ਇੱਧਰ ਜੋ ਵਸਨੀਕ ਹੈਗੇ ਨੇ ਉਹ ਸਿੱਖ ਜਾਂ ਪੰਜਾਬੀ ਕਮਿਊਨਿਟੀ ਵੱਸਦੀ ਹੈ। ਜਦੋਂ ਪਾਕਿਸਤਾਨ ਤੋਂ ਜਦੋਂ ਵੰਡ ਹੋਈ 1947 ਦੇ ਵਿੱਚ, ਉਸ ਤੋਂ ਬਾਅਦ ਪਿਸ਼ਾਵਰ ਤੋਂ ਜਾਂ ਕਾਬੁਲ ਤੋਂ ਜਾਂ ਬਹੁਤ ਹੋਰ ਥਾਵਾਂ ਤੋਂ, ਮੋਸਟਲੀ ਪਿਸ਼ਾਵਰ ਤੋਂ ਜੋ ਸਿੱਖ ਸੰਗਤਾਂ ਨੇ ਉਹ ਪਹੁੰਚੀਆਂ ਬੰਬੇ ਦੇ ਵਿੱਚ। ਹੋਰ ਕਈ ਪਰਿਵਾਰ ਤਕਰੀਬਨ 1500-2000 ਜਿਹੜੇ ਪਰਿਵਾਰ ਜਿਹੜੇ ਹੈਗੇ ਇੱਧਰ ਪਹੁੰਚੇ, ਉਹਨਾਂ ਨੇ ਆ ਕੇ ਬੰਬੇ ਦੇ ਵਿੱਚ ਆਪਣੀ ਵਸਾਵਟ ਕੀਤੀ। ਅਤੇ ਪਰ ਜਦੋਂ 1947 ਤੋਂ ਇੱਥੇ ਰਹਿ ਰਹੇ ਸੀ, ਸ਼ਾਂਤੀ ਨਾਲ ਰਹਿ ਰਹੇ ਸੀ, ਪਰ ਪਿਛਲੇ ਕੁਛ ਸਾਲਾਂ ਤੋਂ ਉਹਨਾਂ ਦੀ ਰਿਹਾਇਸ਼ ਨੂੰ ਲੈ ਕੇ ਪਰੇਸ਼ਾਨੀਆਂ ਸਰਕਾਰਾਂ ਵੱਲੋਂ ਖੜੀਆਂ ਕੀਤੀਆਂ ਜਾ ਰਹੀਆਂ। ਉਹ ਕੀ ਪਰੇਸ਼ਾਨੀਆਂ ਨੇ ਉਹ ਤੁਹਾਨੂੰ ਅਕਾਲ ਚੈਨਲ ਨੇ ਆਲਰੇਡੀ ਇੱਕ ਪ੍ਰੋਗਰਾਮ ਦੇ ਵਿੱਚ ਦਿਖਾਇਆ ਵੀ ਸੀਗਾ। ਅਕਾਲ ਚੈਨਲ ਸੈਂਸਰ ਦੇ ਵਿੱਚ ਕਾਲ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਗਰਾਮ ਜਿਹੜਾ ਦਿਖਾਇਆ ਸੀਗਾ, ਪ੍ਰੋਬਲਮਸ ਦਿਖਾਈਆਂ ਸੀਗੀਆਂ। ਅੱਜ ਅਸੀਂ ਫਿਜ਼ੀਕਲੀ ਆਪ ਅਕਾਲ ਚੈਨਲ ਇੱਥੇ ਮੌਜੂਦ ਹੈਗਾ, ਜਿਹਨੂੰ ਪੰਥਕ ਮੀਡੀਆ ਕਿਹਾ ਜਾਂਦਾ, ਜਿੱਥੇ ਪੰਥ ਦੀ ਕੋਈ ਭੀੜ ਪੈਂਦੀ ਹੈ, ਕੋਈ ਪ੍ਰੋਬਲਮ ਹੁੰਦੀ ਹੈ, ਉਹਨੂੰ ਦਿਖਾਉਣ ਵਾਸਤੇ ਜਿਹੜਾ ਹੈਗਾ ਉਹਨਾਂ ਪ੍ਰੋਬਲਮ ਦੇ ਸੋਲੂਸ਼ਨ ਲੱਭਣ ਵਾਸਤੇ ਕਾਲ ਚਰਨ ਆਉਂਦਾ। ਇਹ ਕਲੋਨੀਆਂ ਜਿਹੜੀ ਤੁਸੀਂ ਕੈਮਰੇ ਦੀ ਸਕਰੀਨ ਦੇ ਉੱਪਰ ਦੇਖ ਰਹੇ ਹੈਗੇ ਹੋ, ਇਹ ਕਲੋਨੀਆਂ 1947 ਦੀ ਬਣੀਆਂ, ਰਾਸ਼ਟਰਪਤੀ ਦੀਆਂ ਬਣਾਈਆਂ ਕਲੋਨੀਆਂ ਹੈਗੀਆਂ ਨੇ। ਪਰ 58 ਦੇ ਵਿੱਚ, 1958 ਦੇ ਵਿੱਚ ਜਦੋਂ ਇਹ ਲੋਕ ਆਏ ਸੀ, ਰਾਸ਼ਟਰਪਤੀ ਵੱਲੋਂ ਇਹਨਾਂ ਸਾਰਿਆਂ ਨੂੰ ਅਲੋਟ ਹੋਈਆਂ ਸੀਗੀਆਂ। ਇਹਨਾਂ ਨੇ ਕੁਛ ਪੈਸੇ ਦੇ ਕੇ 5,000-5,000 ਰੁਪਏ ਦੇ ਕੇ ਉਦੋਂ ਖਰੀਦੀਆਂ ਸੀਗੀਆਂ ਆਪਣੀ ਰਿਹਾਇਸ਼ ਵਾਸਤੇ। ਪਰ ਅਚਾਨਕ ਤੋਂ ਇਹਨਾਂ ਨੂੰ ਕੁਛ ਸਾਲਾਂ ਪਹਿਲੇ ਇੱਕ ਹੁਕਮ ਆਉਂਦਾ, ਇੱਕ ਤੁਗਲਕੀ ਫਰਮਾਨ ਆਉਂਦਾ ਕਿ ਇਹਨਾਂ ਨੂੰ ਇਹ ਬਿਲਡਿੰਗਾਂ ਜਿਹੜੀਆਂ ਹੈਗੀਆਂ ਖਾਲੀ ਕਰਨੀਆਂ ਪੈਣਗੀਆਂ। ਕਿਉਂ? ਕਿਉਂਕਿ ਇਹ ਜੋ ਬਿਲਡਿੰਗਾਂ ਨੇ ਪੁਰਾਣੀਆਂ ਹੋ ਚੁੱਕੀ ਹੈ, ਇਹ ਰਹਿਣ ਲਾਇਕ ਨਹੀਂ ਹੈ, ਕਦੀ ਵੀ ਗਿਰ ਸਕਦੀਆਂ। ਜਦਕਿ ਐਸੀ ਕੋਈ ਗੱਲ ਨਹੀਂ ਹੈਗੀ, ਭੂਕੰਪ ਦਾ ਕੋਈ ਐਸਾ ਵੀ ਇੰਡੀਕੇਸ਼ਨ ਬੰਬੇ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਰਹਿੰਦਾ ਹੈਗਾ, ਐਸਾ ਕੁਛ ਨਹੀਂ ਰਹਿੰਦਾ ਹੈਗਾ, ਔਰ ਨਾ ਹੀ ਕੋਈ ਹੈ ਰਿਵਰ ਬੈਲਟ ਦੇ ਵਿੱਚ ਹੈਗੀ ਹੈ। ਪਰ ਫਿਰ ਵੀ ਪੂਰੇ ਬੰਬੇ ਦੀ, ਪੂਰੇ ਮਹਾਰਾਸ਼ਟਰ ਦੇ ਬਿਲਡਿੰਗਾਂ ਨੂੰ ਛੱਡ ਕੇ ਸਿਰਫ ਪੰਜਾਬੀ ਕਮਿਊਨਿਟੀ ਦੀ ਇਹਨਾਂ ਬਿਲਡਿੰਗਾਂ ਦੇ ਉੱਪਰ ਕਿਉਂ ਫੋਕਸ ਕੀਤਾ ਗਿਆ, ਕੀ ਇਹ ਮਾਜਰਾ ਹੈਗਾ, ਆਓ ਉਸ ਦੇ ਬਾਰੇ ਅਸੀਂ ਜਾਣਦੇ ਹੈਗੇ ਆ। ਇੱਧਰ ਦੀ ਸਿੱਖ ਸੰਗਤਾਂ ਜਿਹੜੀ ਹੈਗੀ ਆ, ਜਿਹੜੇ ਵਸਨੀਕ ਹੈਗੇ ਨੇ ਇੱਧਰ ਦੀ ਸਿੱਖ ਕਮਿਊਨਿਟੀ ਅਤੇ ਪੰਜਾਬੀ ਕਮਿਊਨਿਟੀ ਜਿਹੜੇ ਇੱਥੇ ਸਾਡੇ ਨਾਲ ਮੌਜੂਦ ਹੈਗੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਸਾਰਿਆਂ ਨਾਲ ਅਸੀਂ ਸਾਂਝੇ ਤੌਰ 'ਤੇ ਗੁਰਫਤਿਹ ਦੀ ਸਾਂਝ ਕਰਾਂਗੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਬਹੁਤ ਤਾਜ਼ ਤੌਰ 'ਤੇ ਤੁਹਾਨੂੰ ਦੱਸ ਦੀਜੀਏ, ਤੁਸੀਂ ਪਿੱਛੇ ਦੇਖ ਵੀ ਰਹੇ ਹੋਵੋਗੇ ਤਾਂ ਤਕਰੀਬਨ ਇੱਥੇ ਮੋਸਟਲੀ ਜੋ ਹੈ ਲੋਅਰ ਕਲਾਸ ਜਾਂ ਲੋਅਰ ਮਿਡਲ ਕਲਾਸ ਦੇ ਲੋਕ ਇੱਥੇ ਜਿਹੜੇ ਰਹਿੰਦੇ ਹੈਗੇ ਨੇ। ਔਰ ਤੁਸੀਂ ਆਸੇ ਪਾਸੇ ਦੇਖ ਵੀ ਰਹੇ ਹੋ ਕਿ ਕਾਲੀਆਂ ਪੀਲੀਆਂ ਟੈਕਸੀਆਂ ਜਿਹੜੀਆਂ ਇੱਥੇ ਖੜੀਆਂ, ਇਹ ਲੋਕ ਟੈਕਸੀਆਂ ਚਲਾ ਕੇ ਆਪਣਾ ਸਰਵਾਈਵਲ ਕਰਦੇ ਨੇ ਔਰ ਇਹਨਾਂ ਘਰਾਂ ਦੇ ਵਿੱਚ ਰਹਿੰਦੇ ਨੇ। ਹੋਰ ਇਹੋ ਜਿਹੀ ਤਕਰੀਬਨ 20-25 ਬਿਲਡਿੰਗਾਂ ਦੇ ਉੱਪਰ, ਇਕੱਲੀ ਇਸ ਬਿਲਡਿੰਗ ਦੇ ਉੱਪਰ ਨਹੀਂ, ਅਸੀਂ ਸਿਰਫ ਇੱਕ ਬਿਲਡਿੰਗ ਦੇ ਬਾਹਰ ਖੜੇ ਹਾਂ, ਇਹੋ ਜਿਹੀ 20-25 ਬਿਲਡਿੰਗਾਂ ਦੇ ਉੱਪਰ ਇਹ ਜੋ ਪ੍ਰਸ਼ਾਸਨ ਦਾ ਜਿਹੜਾ ਆਪਾਂ ਕਹਿ ਦਈਏ ਜੋ ਕਹਿਰ ਹੈਗਾ ਉਹ ਵਰਤਦਾ ਹੈਗਾ। ਔਰ ਇਸ ਚੀਜ਼ ਨੂੰ ਲੈ ਕੇ ਇਹਨਾਂ ਨੇ ਐਜੀਟੇਸ਼ਨ ਵੀ ਕੀਤੀ ਪਿਛਲੇ ਸਾਲ ਜੂਨ, ਮਈ ਜਾਂ ਜੂਨ ਦੇ ਵਿੱਚ 2017 'ਚ ਐਜੀਟੇਸ਼ਨ ਵੀ ਇਹਨਾਂ ਵੱਲੋਂ ਕੀਤੀ ਗਈ, ਬਹੁਤ ਵੱਡੇ ਧਰਨੇ ਵੀ ਲੱਗੇ, ਸਰਕਾਰੀ ਪੱਧਰ 'ਤੇ ਲਾਠੀ ਵੀ ਚੱਲੀ, ਆਸੂ ਗੈਸ ਦੇ ਗੋਲੇ ਵੀ ਛੱਡੇ ਗਏ, ਵਾਟਰ ਕੈਨਨ ਵੀ ਛੱਡੀ ਗਈ ਹੈ, ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਸਰਕਾਰੀ ਨੀਤੀਆਂ ਦੇ ਅੱਗੇ ਜੋ ਹੈ ਉਹਨਾਂ ਦਾ ਜ਼ੋਰ ਲਗਾਤਾਰ ਚੱਲਦਾ ਰਿਹਾ। ਹੋਰ ਜਦੋਂ ਇਹ ਸਟੋਰੀ ਅਕਾਲ ਚਰਨ ਨੇ ਅਗਸਤ 'ਚ ਕਵਰ ਕੀਤੀ ਸੀ, ਉਹਦਾ ਪ੍ਰਤਾਪ ਪਿਆ, ਹੋਰ ਜੋ ਕਿ ਪ੍ਰਸ਼ਾਸਨ ਦੀ ਅੱਖ ਜਿਹੜੀ ਹੈਗੀ ਉਸ ਸਮੇਂ ਖੁੱਲ੍ਹੀ, ਇਹਨਾਂ ਦੇ ਵਕੀਲਾਂ ਦੀ ਮਿਹਨਤ ਦੇ ਸਦਕਾ ਇਹਨਾਂ ਨੂੰ 31 ਅਕਤੂਬਰ ਨੂੰ ਜੋ ਨੋਟਿਸ ਸੀਗਾ ਉਹਨੂੰ ਤਕਰੀਬਨ 5 ਮਹੀਨੇ ਦਾ ਸਟੇਅ ਜਿਹੜਾ ਹੈਗਾ ਹੋਰ ਐਕਸਟੈਂਡ ਕੀਤਾ ਗਿਆ। ਸਾਡੇ ਨਾਲ ਇੱਥੇ ਗੱਲਬਾਤ ਕਰਨ ਵਾਸਤੇ ਸਰਦਾਰ ਅਜੀਤ ਸਿੰਘ ਜੀ, ਜੋ ਮੁੰਬਈ ਦੇ ਇੱਧਰ ਦੇ ਰਹਿਣ ਵਾਲੇ, ਉਹ ਸਾਡੇ ਨਾਲ ਜੁੜੇ ਨਾ, ਉਹਨਾਂ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਚਾਹਾਂਗਾ ਕਿ ਜ਼ਰੂਰ ਅਕਾਲ ਚੰਦ ਦੇਖ ਰਹੇ ਦਰਸ਼ਕਾਂ ਨੂੰ ਦੱਸੋ ਕੀ ਹੈ ਮਾਜ਼ਰਾ। ਵੀਰ ਜੀ, ਇੱਦਾਂ ਹੈ ਨਾ, ਇਹ ਬਿਲਡਿੰਗਾਂ 1958 'ਚ ਬਣੀਆਂ ਨੇ, ਸਾਡੇ ਮਤਲਬ ਗ੍ਰੈਂਡ ਫਾਦਰ ਇੱਧਰ ਆਏ ਸਨ ਅਤੇ 5,380 ਰੁਪਈਏ 'ਚ ਅਸੀਂ ਇਹ ਇੱਕ ਫਲੈਟ ਲਿਆ ਸੀ, ਜੋ ਅੱਜ ਦੀ ਵੈਲਿਊ ਪਕੜੀ ਹੈ ਤਾਂ 3 ਕਰੋੜ ਰੁਪਏ ਤੋਂ ਉੱਤੇ ਹੁੰਦਾ ਹੈ। ਇਹ ਉਸ ਟਾਈਮ ਵੀ ਸਾਨੂੰ ਲੁੱਟਿਆ ਗਿਆ ਅਤੇ ਅੱਜ ਵੀ ਸਾਨੂੰ ਲੁੱਟਿਆ ਹੀ ਜਾ ਰਿਹਾ। ਜਿੱਦਾਂ ਪਹਿਲੇ ਵੀ ਇੱਕ ਵਾਰ ਮੈਂ ਅਕਾਲ ਚੈਨਲ 'ਤੇ ਕਹਿ ਚੁੱਕਾ, ਅਸੀਂ ਜਦੋਂ ਬਿਲਡਿੰਗ ਦਾ ਆਡਿਟ ਕਰਾਇਆ ਸੀ, ਸਟਰਕਚਰ ਆਡਿਟ, ਤਾਂ ਸਾਡੀ ਬਿਲਡਿੰਗਾਂ C2B ਕੈਟੇਗਰੀ ਜਾਂਦੀਆਂ ਸਨ ਅਤੇ ਗੌਰਮੈਂਟ C2B ਕੈਟੇਗਰੀ ਕਰ ਮਤਲਬ ਕਿ ਅਸੀਂ ਰਿਪੇਅਰਿੰਗ ਲਈ ਜਾ ਸਕਦੇ ਹਾਂ। ਲੇਕਿਨ ਹੁਣ ਜਿਹੜੀਆਂ ਇਹ ਲੋਕ ਕਹਿ ਰਹੇ ਨੇ ਕਿ ਤੁਸੀਂ ਬਿਲਡਿੰਗ ਵੈਕੇਟ ਕਰੋ, ਪਹਿਲੇ 31 ਅਕਤੂਬਰ ਨੂੰ ਸਾਨੂੰ ਵੈਕੇਟ ਕਰਨ ਨੂੰ ਇਹਨਾਂ ਨੇ ਕਿਹਾ ਸੀ, ਜਦੋਂ ਹੁਣ
ਜੁਡੀਸ਼ਰੀ ਨੇ ਹਾਈ ਕੋਰਟ ਨੇ ਸਾਨੂੰ 3 ਅਪ੍ਰੈਲ ਤੱਕ ਦਾ ਟਾਈਮ ਦਿੱਤਾ ਹੈ ਅਤੇ ਸਾਡੇ ਕੋਲ ਇੱਕ ਅੰਡਰਟੇਕਿੰਗ ਲਿਖ ਕੇ ਮੰਗ ਰਹੇ ਨੇ ਕਿ ਸਾਨੂੰ ਜੋ 1 ਮਹੀਨੇ ਦੇ ਅੰਦਰ ਦੇਣੀ ਹੈ ਕਿ ਅਸੀਂ ਉਹ ਅੰਡਰਟੇਕਿੰਗ ਲਿਖ ਕੇ ਦਈਏ ਕਿ ਅਸੀਂ 3 ਅਪ੍ਰੈਲ ਨੂੰ ਇਹ ਖਾਲੀ ਕਰਾਂਗੇ ਹੀ ਕਰਾਂਗੇ, ਜਦਕਿ ਹੁਣ ਤੱਕ ਸਾਡੇ ਏਰੀਏ ਲਈ ਕੋਈ ਇੱਦਾਂ ਦੀ ਗੌਰਮੈਂਟ ਨੇ ਪੋਲਿਸੀ ਨਹੀਂ ਕੱਢੀ। ਸਾਨੂੰ ਗੌਰਮੈਂਟ ਨੇ 2017 ਫੈਬ ਵਿੱਚ ਬੋਲਿਆ ਸੀ ਕਿ ਅਸੀਂ ਤੁਹਾਨੂੰ ਪੋਲਿਸੀ ਦੇ ਰਹੇ ਹਾਂ, ਲੇਕਿਨ ਹੁਣ ਤੱਕ ਪੋਲਿਸੀ ਨਹੀਂ ਦਿੱਤੀ ਗਈ। ਲਾਸਟ ਈਅਰ 3 ਮਈ ਨੂੰ ਲਾਠੀ ਚਾਰਜ ਕੀਤਾ ਗਿਆ, ਕਈ ਲੇਡੀਜ਼ ਨੂੰ ਮਾਰ ਲੱਗੀ, ਸੱਟਾਂ ਲੱਗੀਆਂ। ਹੁਣ ਵੀ ਅਸੀਂ 7 ਵਾਰ CM ਨੂੰ ਮਿਲ ਚੁੱਕੇ ਹਾਂ, PM ਨੂੰ ਟਵੀਟ ਕਰ ਚੁੱਕੇ ਹਾਂ, ਬਟ ਕੋਈ ਔਰ ਇੱਦਾਂ ਦੀਆਂ 34 ਕਾਲੋਨੀਆਂ ਨੇ ਪੂਰੇ ਮਹਾਰਾਸ਼ਟਰ ਵਿੱਚ, 34 ਕਾਲੋਨੀਆਂ ਨੇ, ਲੇਕਿਨ 34 ਕਾਲੋਨੀਆਂ ਜੋ ਖਾਲੀ ਸਾਡੇ ਗੁਰੂ ਤੇਗ ਬਹਾਦਰ ਨਗਰ ਪਿੱਛੇ ਹੀ ਲੱਗੇ ਹੋਏ ਨੇ। ਅਸੀਂ ਚਾਹੁੰਦੇ ਹਾਂ ਵੀਰ ਜੀ ਕਿ ਸਾਨੂੰ ਪੋਲਿਸੀ ਦੇਣ ਅਤੇ ਬਸ ਸਾਨੂੰ ਪੋਲਿਸੀ ਮਿਲ ਜਾਵੇ ਇੱਕ ਅੱਛੀ। ਅਸੀਂ ਇੱਧਰ ਹੀ ਰਹਿਣਾ ਚਾਹੁੰਦੇ ਹਾਂ। ਇੱਧਰ 7 ਗੁਰਦੁਆਰੇ ਅਤੇ 2 ਮੰਦਿਰ ਨੇ, ਜਿਹੜੇ 7 ਗੁਰਦੁਆਰਿਆਂ 'ਚੋਂ ਇੱਧਰ ਦਸ਼ਮੇਸ਼ ਦਰਬਾਰ ਹੈ ਜਿਹੜਾ ਬੰਬਈ ਦਾ ਗੋਲਡਨ ਟੈਂਪਲ ਮੰਨਿਆ ਜਾਂਦਾ ਹੈ, 24 ਘੰਟੇ ਖੁੱਲ੍ਹਿਆ ਰਹਿੰਦਾ ਔਰ ਹਰ ਫਿਲਮ ਸਟਾਰ ਹਰ ਕੋਈ ਇੱਧਰ ਆਉਂਦਾ। ਅਕਾਲ ਚੈਨਲ ਦੇ ਮੁੰਬਈ ਸਟੂਡੀਓ ਦੀ ਓਪਨਿੰਗ ਵੀ ਉਸੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ ਹੋਈ ਸੀ ਪਿਛਲੇ ਸਾਲ। ਹਾਂਜੀ, ਅਤੇ ਇੱਦਾਂ ਇੱਧਰ ਇੱਕ ਮੰਦਿਰ ਹੈ ਜਿੱਧਰ ਪਹਾੜੀ ਮੰਦਿਰ ਜਿਹਨੂੰ ਕਹਿੰਦੇ ਨੇ, ਉੱਧਰ ਵੀ ਪੂਰੇ ਬੰਬੇ ਤੋਂ ਜਿਹੜਾ ਪੰਜਾਬੀ ਸਮਾਜ ਹੈ ਹਰ ਸ਼ਨੀਵਾਰ ਆ ਕੇ ਉੱਧਰ ਜਾਗਰਣ ਕਰਦਾ ਹੈ। ਮਤਲਬ ਸਾਡੀ ਇਹੀ ਮੰਗ ਹੈ ਕਿ ਸਾਨੂੰ ਇਸੀ ਜਗ੍ਹਾ 'ਤੇ ਵਸਾਇਆ ਜਾਵੇ, ਸਾਨੂੰ ਇੱਕ ਪੋਲਿਸੀ ਦਿੱਤੀ ਜਾਵੇ ਅਤੇ ਅਸੀਂ ਕੀ ਕਿਸੇ ਅੱਛੇ ਬਿਲਡਰ ਨਾਲ ਮਿਲ ਕੇ ਅਸੀਂ ਇੱਧਰ ਕੁਛ ਕਰ ਸਕੀਏ। ਬਸ ਸਾਡੀ ਸਰਕਾਰ ਤੁਹਾਨੂੰ ਕਹਿ ਰਹੀ ਹੈ ਕਿ ਤੁਸੀਂ ਇਹ ਜਗ੍ਹਾ ਖਾਲੀ ਕਰ ਦਿਓ। ਪਹਿਲੇ ਕਿਹਾ ਗਿਆ ਕਿ 31 ਅਕਤੂਬਰ ਤੱਕ ਦਾ ਤੁਹਾਡੇ ਕੋਲ ਟਾਈਮ ਹੈ, ਤੁਹਾਡੇ ਵਕੀਲਾਂ ਦੀ ਮਿਹਨਤ ਹੈਗੀ ਆ ਕਿ ਉਹਨੇ 30 ਅਪ੍ਰੈਲ 2019 ਤੱਕ ਉਹਨੂੰ ਐਕਸਟੈਂਡ ਕਰਾ ਲਿਆ, ਪਰ ਹਜੇ ਵੀ ਤਲਕਵਾਰ ਜਿਹੜੀ ਹੈ ਤੁਹਾਨੂੰ ਲੱਗਦਾ ਕਿ ਲਟਕੀ ਹੋਈ? ਨਹੀਂ ਭਾਜੀ, ਇਸ ਵਾਰ ਤਾਂ ਕਨਫਰਮ 30 ਅਪ੍ਰੈਲ ਹੈ, ਕਿਉਂਕਿ ਉਹ ਸਾਡੇ ਕੋਲ ਇੱਕਦਮ ਸਟ੍ਰਿਕਟ ਅੰਡਰਟੇਕਿੰਗ ਲਿਖ ਕੇ ਮੰਗ ਰਹੇ। ਤਲਵਾਰ ਤਾਂ ਲਟਕੀ ਨਹੀਂ ਆਈਏ ਭਾਜੀ, ਪੋਲਿਸੀ ਦਿੱਤੀ ਨਹੀਂ ਔਰ ਤੁਸੀਂ ਖਾਲੀ ਕਰਨ ਨੂੰ ਕਹਿ ਰਹੇ ਹੋ। ਅਜੇ ਵੀ ਉਹਨਾਂ ਨੇ 30 ਅਪ੍ਰੈਲ 2019 ਨੂੰ ਖਾਲੀ ਕਰੋ, ਖਾਲੀ ਕਰੋ, ਖਾਲੀ ਕਰੋ ਨੇ ਔਰ ਦੈਟਸ ਜਾਵਾਂਗੇ, ਦੱਸਿਆ ਕੁਛ ਕਿੱਥੇ ਜਾਵਾਂਗੇ? ਜੋ ਆਰਡਰ ਹੈ ਭਾਜੀ ਉਹਦੇ ਵਿੱਚ ਐਵੂਕੇਸ਼ਨ ਆਰਡਰ, ਐਵੂਕੇਸ਼ਨ ਔਰ ਮਤਲਬ ਬਿਲਡਿੰਗਾਂ ਖਾਲੀ ਕਰਕੇ ਉਹਨਾਂ ਨੇ ਡਿਮੋਲਿਸ਼ ਕਰਨਾ ਬਿਲਡਿੰਗਾਂ ਨੂੰ। ਅਸੀਂ ਇਹੀ ਚਾਹੁੰਦੇ ਹਾਂ ਉਹਨਾਂ ਕੋਲ ਐਕਸਪੈਕਟ ਕਰਨਾ, ਸਾਨੂੰ ਪੋਲਿਸੀ ਦਿਓ ਜਾਂ ਸਾਨੂੰ ਕੋਈ ਅੱਛਾ ਬਿਲਡਰ ਦਿਓ ਜਿਹੜਾ ਅਸੀਂ ਇਸੀ ਜਗ੍ਹਾ 'ਤੇ ਆਪਣੀ ਵਾਪਿਸ ਰਹਿ ਸਕੀਏ, ਕਿਉਂਕਿ ਸਾਡੀ ਰੋਜ਼ੀ ਰੋਟੀ ਸਭ ਕੁਝ ਇੱਧਰ ਹੀ ਹੈ। ਪਰ ਇਹ ਨਹੀਂ ਕਿਹਾ ਜਾ ਰਿਹਾ ਕਿ ਜੇ ਤੁਸੀਂ ਇਹ ਖਾਲੀ ਕਰ ਦਿਓ ਤਾਂ ਕਿਤੇ ਹੋਰ ਸ਼ਿਫਟ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਅਲੋਟ? ਕੁਛ ਨਹੀਂ ਭਾਜੀ, ਅਸੀਂ ਕਹਿ ਰਹੇ ਹਾਂ ਅਸੀਂ ਰੈਵਨਿਊ ਮਿਨਿਸਟਰ ਨੂੰ ਚੰਦਰਕਾਂਤ ਦਾਦਾ ਪਾਟਿਲ ਨੂੰ ਮਿਲ ਚੁੱਕੇ ਹਾਂ, ਅਸੀਂ CM ਨੂੰ 7 ਵਾਰ ਮਿਲ ਚੁੱਕੇ ਹਾਂ, ਅਸੀਂ ਹਾਊਸਿੰਗ ਮਿਨਿਸਟਰ ਪ੍ਰਕਾਸ਼ ਮਹਿਤਾ ਨੂੰ ਮਿਲ ਚੁੱਕੇ ਹਾਂ। ਕਹਿੰਦੇ ਹੋ ਬਸ ਬਸ ਬੋਲਦੇ ਨੇ ਕਰ ਦੇਣਗੇ, ਆਸ਼ਵਾਸਨ ਤੋਂ ਇਲਾਵਾ ਕੁਛ ਨਹੀਂ ਮਿਲ ਰਿਹਾ। ਉਹ ਕੁਛ ਹੋਰ ਜਿਹੜੇ ਉਸ ਸਮੇਂ ਦੇ ਬਜ਼ੁਰਗ ਨੇ, ਸਿੰਘ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਆਪ ਜੀ ਨਾਲ ਗੱਲ ਕਰਾਂਗੇ, ਆਪ ਜੀ ਦਾ ਨਾਮ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਅਕਾਲ ਚੈਨਲ ਦੀ ਤਰਫ ਤੋਂ ਬੋਲ ਰਿਹਾ ਕਿ ਇੱਧਰ ਸਾਡੇ ਨਾਲ ਬਹੁਤ ਹੀ ਧੱਕਾ ਹੋ ਰਿਹਾ ਹੈ, ਇੰਨਾ ਜ਼ਿਆਦਾ ਧੱਕਾ ਹੋ ਰਿਹਾ ਕਿ ਅਸੀਂ ਕਿੱਧਰ ਰਹਿਣ? ਹੁਣ ਸਾਡੀ ਉਮਰ ਜਿਹੜੀ ਹਿਸਾਬ ਦੇ ਨਾਲ ਨਾ ਕਮਾਉਣ ਦੀ ਹੈ, ਨਾ ਕੋਈ ਬੱਚੇ ਸਾਡੇ ਇੱਕਦਮ ਰੁੱਲ ਜਾਣਗੇ ਇੱਧਰੋਂ, ਨਹੀਂ ਸਿੱਧਾ ਹੀ ਬਾਹਰ ਕਰ ਰਹੇ। ਔਰ ਕੋਈ ਪਹਿਲੇ ਇਹ ਨਹੀਂ ਬੋਲਦੇ ਕਿ ਬਈ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ, ਉਹ ਵੀ ਨਹੀਂ। ਫਿਰ ਵੀ ਅਸੀਂ ਕਹਿੰਦੇ ਸਾਨੂੰ ਰੀਡਿਵੈਲਪਮੈਂਟ ਵਾਸਤੇ ਪਹਿਲੇ ਪੋਲਿਸੀ ਦੇ ਦਿਓ, ਜੋ ਕਿ ਅਸੀਂ ਬਿਲਡਰ ਨੂੰ ਦੇ ਕੇ ਉਸ ਤੋਂ ਬਾਅਦ ਸਾਨੂੰ ਥੋੜ੍ਹਾ ਜਿਹਾ ਉਹ ਸਕੂਨ ਹੋ ਜਾਏਗਾ ਕਿ ਬਈ ਅਸੀਂ ਫਿਰ ਇੱਧਰ ਆਵਾਂਗੇ ਵਾਪਸ। ਤੁਸੀਂ ਕਦੋਂ ਆਏ ਸੀ ਇੱਥੇ? ਇੱਥੇ 100 ਰੁਪਿਆ ਮਹੀਨਾ ਸਾਨੂੰ ਗੌਰਮੈਂਟ ਨੇ ਇੰਨਾ ਛੂਟ ਦਿੱਤੀ ਸੀ ਕਿ 1000 ਰੁਪਿਆ ਪਹਿਲੇ ਭਰੋ, ਬਾਕੀ 4000 ਰੁਪਿਆ 100 ਰੁਪਿਆ ਮਹੀਨੇ ਦੇ ਹਿਸਾਬ ਨਾਲ ਤੁਸੀਂ ਦੇ ਦਿਓ। ਜਿਹੜੀ ਰਿਫਿਊਜੀ ਪਾਲਿਸੀ ਸੰਗਤ ਸੀ, ਜੋ ਪ੍ਰੈਜ਼ੀਡੈਂਟ ਰਾਸ਼ਟਰਪਤੀ ਵੱਲੋਂ ਜਿਹੜੇ ਰਿਫਿਊਜ਼ਿਜ਼ ਨੂੰ ਜਿਹੜੇ ਪਾਕਿਸਤਾਨ ਤੋਂ ਆਏ ਸੀਗੇ ਉਹਨਾਂ ਵਾਸਤੇ ਸਪੈਸ਼ਲ ਜਗ੍ਹਾਵਾਂ ਐਲੋਕੇਟ ਕੀਤੀਆਂ ਗਈ ਸੀ, ਪਰ ਉਹ ਫ੍ਰੀ ਨਹੀਂ। ਉਸ ਸਮੇਂ 1958 ਦੇ 5380 ਰੁਪਏ ਸਮਥਿੰਗ ਦੀ ਕੋਸਟ, ਯਾਨੀ ਕਿ ਜੇ ਅੱਜ ਦੀ ਉਹਦੀ ਵੈਲਿਊ ਕੱਢੀ ਜਾਵੇ ਤਾਂ ਤਕਰੀਬਨ 3 ਕਰੋੜ ਬਣਦੀ ਹੈ। 1958 ਦੇ ਵਿੱਚ ਉਹਨਾਂ ਨੇ ਇੱਕ ਕਾਰ ਨੂੰ ਤਕਰੀਬਨ 5380 ਰੁਪਏ ਜਦੋਂ ਖਰੀਦਿਆ, ਉਸ ਸਮੇਂ ਬਹੁਤ ਵੱਡੀ ਕੀਮਤ ਉਹਨਾਂ ਨੇ ਅਦਾ ਕੀਤੀ, ਪਰ ਅੱਜ ਉਹਨਾਂ ਨੂੰ ਉਹਨਾਂ ਕਲੋਨੀਓ ਵਿੱਚੋਂ ਬਾਹਰ ਕੱਢਣ ਦਾ ਤੁਗਲਕੀ ਫਰਮਾਨ ਦਿੱਤਾ ਜਾ ਰਿਹਾ। ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਇੱਧਰ ਆਏ ਹੋ, ਤੁਹਾਡਾ ਜਨਮ ਇੱਧਰ ਦਾ, ਤੁਹਾਡੇ ਮਾਤਾ ਪਿਤਾ ਆਪ ਇੱਥੇ ਆਏ ਸੀਗੇ, ਤੁਹਾਨੂੰ ਉਦੋਂ ਕੁਛ ਪਤਾ ਸੀਗਾ ਕਿ ਬਾਅਦ 'ਚੋਂ ਕੋਈ ਐਸੀ ਗੱਲ ਕੀਤੀ ਗਈ ਕਿ ਬਈ ਬਾਅਦ 'ਚੋਂ ਤੁਹਾਨੂੰ ਇਹ ਜਗ੍ਹਾ ਖਾਲੀ ਕਰਨੀ ਪਏਗੀ ਜਦੋਂ ਉਦੋਂ ਤੁਸੀਂ ਇਹ ਜਗ੍ਹਾਵਾਂ ਖਰੀਦੀਆਂ? ਨਹੀਂ ਨਹੀਂ, ਸਾਨੂੰ ਇਸ ਚੀਜ਼ ਦੇ ਬਾਰੇ ਕੁਛ ਵੀ ਨਹੀਂ ਬੋਲਿਆ ਗਿਆ। ਹੁਣ ਅਚਾਨਕ ਜਦੋਂ ਬਿਲਡਰ ਦਾ ਉਹ ਕੀਤਾ ਇਹਨਾਂ ਨੇ, ਤੇ ਉਸ ਤੋਂ ਬਾਅਦ
ਫਿਰ ਵੀ ਸਾਨੂੰ ਕਹਿੰਦੇ ਬਈ ਰੀਡਿਵੈਲਪਮੈਂਟ ਕਰੋ ਤੁਸੀਂ, ਤੁਹਾਡੀ ਬਿਲਡਿੰਗ ਇਸ ਕੈਟੇਗਰੀ 'ਚ ਆਉਂਦੀ ਨਹੀਂ, ਕਿਉਂਕਿ ਬੰਬੇ ਦੇ ਵਿਚਕਾਰ ਇੰਨੀਆਂ 150-150 ਸਾਲ ਪੁਰਾਣੀਆਂ ਬਿਲਡਿੰਗਾਂ ਹਜੇ ਤੱਕ ਮੌਜੂਦ ਨੇ, ਜਦਕਿ ਲੀਕੇਜ ਹੋ ਰਿਹਾ, ਪਿੱਲਰ ਬਰਾਬਰ ਨਹੀਂ ਹੈ, ਉਹਨਾਂ ਨੂੰ ਕੁਛ ਨਹੀਂ ਕਿਹਾ ਜਾ ਰਿਹਾ। ਸਾਡੀ ਬਿਲਡਿੰਗ ਆਲਰੇਡੀ ਕੰਡੀਸ਼ਨ 'ਚ ਇਤਨੀ ਖਰਾਬ ਨਹੀਂ ਹੈ ਜਿਤਨੀ ਇਹਨੇ ਲੋਕ ਕੀਤਾ ਪਿਆ ਸਾਨੂੰ ਕਰ। ਬਾਕੀ ਹਰ ਜਗ੍ਹਾ ਦੀ ਦੇਖੋ ਤੁਸੀਂ, ਮਜਗਾਓਂ ਦੇ ਵਿਚਕਾਰ ਹੈ, ਵਰਲੀ 'ਚ ਹੈ, ਇਸ ਤਰ੍ਹਾਂ ਦੀਆਂ ਕਈ ਬਿਲਡਿੰਗਾਂ ਹੈਗੀਆਂ ਨੇ ਜਿਹੜੀ ਕਿ ਇੱਕਦਮ ਨਹੀਂ, ਮਤਲਬ ਜ਼ਰਜ਼ਰ ਕੰਡੀਸ਼ਨ ਦੇ ਵਿਚਕਾਰ ਹੈ। ਅਤੇ ਖਾਲੀ ਸਾਡੇ ਇੱਧਰ ਪੰਜਾਬੀ ਕਲੋਨੀ 'ਚ ਜ਼ਿਆਦਾ ਉਹ ਹੋ ਰਿਹਾ। ਬਸ ਆਪ ਜੀ ਨਾਲ ਗੱਲ ਕਰਾਂਗਾ। ਆਪ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਆਪ ਜੀ ਕੀ ਕਰਾਂ, ਮੇਰਾ ਨਾਮ ਜਸਪਾਲ ਸਿੰਘ ਹੈ। ਅਸੀਂ ਗੌਰਮੈਂਟ ਨੂੰ ਇੱਕ ਹੀ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਡੇ ਰਾਈਟਸ ਕਿੱਥੇ ਆ। ਆ ਜਾ ਕੇ ਅਸੀਂ ਇੰਡੀਆ 'ਚ ਹਾਂ, ਕੁਝ ਰਾਈਟਸ ਹੁੰਦੇ ਨੇ ਸਾਡੇ ਵੀ ਨਾ, ਅਗਰ ਕੁਛ ਚੀਜ਼ ਸਾਡੇ ਕੋਲ ਤੁਸੀਂ ਲੈ ਰਹੇ ਹੋ ਤਾਂ ਸਾਡੇ ਰਾਈਟਸ ਕਿੱਥੇ ਆ। ਵੀ ਆਰ ਰੈਡੀ ਟੂ ਵੈਕੈਂਟ ਦਿਸ ਰੂਮਸ, ਦਿਸ ਹਾਊਸ, ਦਿਸ ਫਲੈਟਸ, ਬਟ ਵੇਅਰ ਇਜ਼ ਅਵਰ ਰਾਈਟਸ? ਸਾਨੂੰ ਰਾਈਟਸ ਦਿਓ ਕਿ ਸਾਨੂੰ ਦੂਸਰੀ ਪੋਲਿਸੀ ਦਿਓ ਕਿ ਸਾਨੂੰ ਡਿਵੈਲਪਮੈਂਟ ਕਰਨੇ ਦਿਓ, ਨਹੀਂ ਇੱਥੇ ਕੁਛ ਨਹੀਂ ਸੁਣਾ। ਇੱਥੇ ਕੀ ਗੱਲ ਕਰਨ ਤੁਸੀਂ, ਖਾਲੀ ਕੋ ਡਿਮੋਲਿਸ਼ਨ ਕਰਨੀ, ਨਥਿੰਗ ਐਲਸ। ਮਤਲਬ ਰਾਈਟਸ ਹੀ ਨਹੀਂ ਇੱਥੇ ਇੰਡੀਅਨ, ਸਾਡੇ ਸਰਦਾਰਾਂ ਜੀ ਦੇ, ਪੰਜਾਬੀਆਂ ਦੇ ਰਾਈਟਸ ਹੀ ਇਹਨਾਂ ਨੇ ਖਤਮ ਕਰ ਦਿੱਤੇ। ਇਸ ਪਰ ਇਹਨਾਂ ਦੇ ਨੋਮਸ ਹਨ, ਕੀ ਨੋਮਸ ਹਨ, ਕੀ ਕਰ ਰਹੇ ਨੇ? ਨਹੀਂ ਖਾਲੀ ਟਾਈਮ ਪਾਸ ਕਰਨ ਸਾਡੇ ਨਾਲ ਜਾ ਰਹੇ ਨਾ, ਔਰ ਪੇਪਰ ਲੱਗ ਜਾ ਰਹੇ, ਹਾਂ ਤੁਹਾਡਾ ਕੰਮ ਹੋ ਜਾਏਗਾ 29-31 ਅਕਤੂਬਰ ਸੇ ਪਹਿਲੇ ਵਾਰ ਤੁਹਾਨੂੰ ਪਾਲਿਸੀ ਦੇਣਗੇ। ਸਾਰੇ ਮਿਨਿਸਟਰ ਸਹੀ ਬੋਲਦੇ ਨੇ, ਕੋਈ ਸਾਡੇ ਰਾਈਟਸ ਦੇਗਾ ਨਹੀਂ ਦੇਗਾ, ਕੋਈ ਹਿਊਮਨ ਰਾਈਟਸ ਦੇਣਗੇ ਨਹੀਂ ਹਨ ਇੱਥੇ, ਕੋਈ ਰਾਈਟਸ ਦੇ ਨਾਲ ਸਾਨੂੰ ਰਾਈਟਸ ਹੀ ਨਹੀਂ ਦੇ ਰਹੇ। ਸਾਡੇ ਰਾਈਟਸ ਕਿੱਥੇ? ਅਸੀਂ ਇੱਕ ਹੀ ਚੀਜ਼ ਪੁੱਛਣ ਜਾਂਦੇ ਹਾਂ, ਕੋਰਟ ਨੂੰ ਇੱਕ ਹੀ ਚੀਜ਼ ਪੁੱਛਣਾ ਜਾਂਦੇ ਹਾਂ, ਗੌਰਮੈਂਟ ਨੂੰ ਇੱਕ ਹੀ ਚੀਜ਼ ਪੁੱਛਣਾ, ਵੇਅਰ ਇਜ਼ ਅਵਰ ਰਾਈਟਸ? ਸਾਡੇ ਰਾਈਟਸ ਕਿੱਥੇ ਨੇ? ਅਗਰ ਅਸੀਂ ਰੇਡੀ ਹਾਂ, ਇਹ ਪਾਲਿਸੀ ਵੈਕੈਂਟ ਕਰਨੇ ਕਿ ਫਲੈਟ ਰੇਡੀ ਹੈ, ਤਾਂ ਸਾਡੇ ਰਾਈਟਸ ਕਿੱਥੇ ਆ? ਵੀ ਵਾਂਟ ਅਵਰ ਰਾਈਟਸ, ਵੀ ਵਾਂਟ ਅਵਰ, ਸਾਡਾ ਹੱਕ ਕਿੱਥੇ ਹੈ? ਬਿਲਕੁਲ, ਆਪਣੇ ਹੱਕਾਂ ਦੀ ਮੰਗ ਕਰਦੇ ਜਿਹੜੇ ਹੈਗੇ ਆ ਲੋਕ ਇੱਥੇ, ਜੋ ਪਰੇਸ਼ਾਨ ਹੈ। ਤੁਸੀਂ ਨਹੀਂ ਮੰਨੋਗੇ, ਇਹ ਹੈਰੈਸਮੈਂਟ ਕਰਦੇ ਕਰਦੇ ਕਿਤੇ ਬੰਦੇ, 2-3 ਬੰਦੇ ਹੈਡ ਅਟੈਕ ਆਏ ਇੱਥੇ, 3 ਬੰਦੇ ਮਰੇ ਹਨ। ਹਾਂਜੀ ਸਰ, ਵਿਦ ਪ੍ਰੂਫ ਦੇਣਾ ਤੁਹਾਨੂੰ। ਇਹ ਸਾਡੇ ਰਾਈਟਸ ਖਾ ਰਹੇ ਨੇ, ਸਾਡੀ ਇਹਨਾਂ ਦੀ ਨਜ਼ਰ ਇਸ ਪਲੋਟ 'ਤੇ ਹੈ ਕਿ ਇੱਥੇ ਪਲੋਟ ਸੋਹਣਾ ਇਹਨਾਂ ਦੇ, ਇਹਦੇ ਕਰਕੇ ਇੰਨੀ ਸਾਰਾ ਸਾਡੇ ਨੂੰ ਤੰਗ ਕਰ ਰਹੇ, ਨਥਿੰਗ ਹੈਲਸ, ਇੰਨੀ ਸਾਰਾ ਪਲੋਟ ਖਾਣਾ ਚਾਹ ਰਹੇ ਨੇ। ਅੱਜ ਸਾਡੇ ਅੱਜ ਬੰਬੇ ਤੁਸੀਂ ਦਿਓਗੇ ਨਾ, ਇੱਧਰ ਰੇਲ ਪਟਰੀ ਇੱਥੇ ਜਿਹੜੇ ਘਰ ਬਣੇ ਰਹਿੰਦੇ ਨਾ, ਇੰਨੀ 10-15 ਸਾਲ ਲੰਘੇ, ਇਹਨਾਂ ਨੂੰ ਵਾਰੰਟ 220-230 ਦਾ ਕਰ ਦਿੰਦੀ ਹੈ। ਇਹਦਾ ਸਾਡੇ ਸਾਰਾ ਪੈਸੇ ਭਰ ਕੇ ਇਹਨਾਂ ਕੋਲ ਕਰ ਦਿੱਤਾ, ਕਿੱਥੇ ਸਾਡਾ ਰਾਈਟਸ? ਖਾਲੀ ਇਹਨਾਂ ਦੇ ਰਾਈਟਸ ਖਾਲੀ ਕਰਾਉਣ ਦਾ, ਇਹਨਾਂ ਰਾਈਟਸ ਨੂੰ ਕੁਝ ਦੇਣ ਦਾ? ਸਾਨੂੰ ਕੋਈ ਰਾਈਟਸ ਹੈਗੇ ਨਹੀਂ ਸਾਡੇ ਇੰਡੀਆ 'ਚ, ਕੋਈ ਰਾਈਟਸ ਨਹੀਂ ਦੇ ਰਹੇ ਸਾਨੂੰ, ਬਸ ਮਾਰ ਰਹੇ ਹੋਰ ਕੁਛ ਨਹੀਂ ਕਰ ਰਹੇ। ਇਹ ਸਾਨੂੰ ਪੰਜਾਬੀ ਕੌਮ ਨੂੰ ਖਤਮ ਕਰਨ ਦਾ ਇਹਨਾਂ ਦਾ ਪੂਰਾ ਦਾ ਪੂਰਾ ਸ਼ਰੰਤਰ ਹੈ, ਹੋਰ ਕੁਛ ਨਹੀਂ ਹੈ ਇਹਨਾਂ ਦਾ। ਠੀਕ ਹੈ ਜੀ, ਆਪਣੇ ਜਜ਼ਬਾਤ ਜਿਹੜੇ ਵੀਰ ਦੇ ਬਹੁਤ ਜਾਇਜ਼ ਮੰਗਾ ਕਿ ਸਾਡੇ ਹੱਕ ਕਿੱਥੇ ਨੇ। ਹੋਰ ਵੀ ਸਾਡੇ ਨਾਲ ਲੋਕ ਨੇ, ਉਹਨਾਂ ਨਾਲ ਗੱਲ ਕਰਾਂਗੇ। ਆਪ ਜੀ ਦਾ ਨਾਮ? ਹਾਂਜੀ, ਮੈਂ ਮਹਿੰਦਰ ਕੁਮਾਰ ਥਾਪਰ ਹਾਂ। ਹਾਂਜੀ, ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ? ਮੇਰਾ ਜਨਮ ਜੋ ਹੈ ਪਾਕਿਸਤਾਨ ਹਿੰਦੁਸਤਾਨ ਬਟਵਾਰੇ ਤੋਂ ਪਹਿਲੇ ਪਾਕਿਸਤਾਨ ਅੰਦਰ ਹੋਇਆ ਸੀ। ਠੀਕ ਹੈ, ਤਾਂ ਤੁਸੀਂ ਇੱਥੇ ਕਦੋਂ ਆਏ ਸੀ? ਮੈਂ 1947 ਦੇ ਅੰਦਰ ਇੱਥੇ ਆਇਆ ਸੀ, ਸ਼ਰਾਰਤੀ ਸੀ ਮੈਂ, ਮੈਂ ਸ਼ਰਾਰਤੀ ਸੀ। ਤੁਸੀਂ ਯਾਨੀ ਕਿ ਸਾਡੇ ਨਾਲ ਉਹ ਲੋਕ ਮੌਜੂਦ ਨੇ ਜਿਹੜੇ ਉਸ ਸਮੇਂ ਇੱਧਰ ਆਏ ਸੀਗੇ, ਉਹਨਾਂ ਨੇ ਆਪਣੇ ਹੱਥੀ ਉਹ ਥਾਵਾਂ ਖਰੀਦੀਆਂ। ਤੁਸੀਂ ਇਹ ਥਾਵਾਂ ਆਪਣੇ ਹੱਥੀ ਖਰੀਦੀਆਂ ਸੀਗੀਆਂ? 5,380 ਸੀ ਸਰਕਾਰ ਨੇ ਦਿੱਤੀ ਸੀ, ਸਰਕਾਰ ਨੇ 1200 ਪਰਿਵਾਰ, 25 ਬਿਲਡਿੰਗਾਂ। ਇਸ ਵਕਤ ਇਸ ਬਿਲਡਿੰਗਾਂ ਦੇ ਅੰਦਰ 10,000 ਪਰਿਵਾਰ, 10,000 ਰਿਵਾਸੀ ਰਹਿ ਰਹੇ ਹਨ, ਔਰ ਬਿਲਡਿੰਗਾਂ ਦੀ ਹਾਲਤ ਥੋੜ੍ਹੀ ਜਰਜਰ ਹੋ ਚੁੱਕੀ ਹੈ, ਇਤਨੀ ਵੀ ਜਰਜਰ ਨਹੀਂ ਹੋ ਸਕੀ ਕਿ ਸਾਨੂੰ ਇੱਕਦਮ ਟਾਲ ਰਹੇ ਨਿਕਲ ਜਾਓ, ਖਾਲੀ ਕਰੋ, ਖਾਲੀ ਕਰੋ। ਅਗਰ ਖਾਲੀ ਕਰਨੇ ਆ, ਸਾਡੇ ਬੱਚਿਆਂ ਦਾ ਭਵਿੱਖ ਦਾ ਸਵਾਲ ਹੈ। ਜੇ ਇੱਥੇ ਪੁੱਛ ਰਹੇ ਮਹਿਲਾ ਬੱਚਿਆਂ ਦੀ ਤਾਦਾਦ ਜ਼ਿਆਦਾ ਹੈ, ਆਖਿਰ ਜਾਵਾਂਗੇ ਕਿੱਥੇ? ਸਾਨੂੰ ਇੱਕ ਹੀ ਰਿਕੁਐਸਟ ਹੈ ਸਰਕਾਰ ਦੇ ਅੱਗੇ, ਥੋੜ੍ਹਾ ਕਰਵਾਈ ਕੋਲੋਂ ਪਹਿਲੇ ਪੂਰ ਅੰਬੇ ਆਸ਼ਵਾਸਨ ਦਿੱਤਾ ਜਾਵੇ, ਤੁਹਾਨੂੰ ਇੱਥੇ ਵਸਾਇਆ ਜਾਏਗਾ, ਤੁਹਾਨੂੰ ਵਸਾਇਆ ਜਾਏਗਾ ਇੱਥੇ। ਸਾਡਾ ਇੱਕ ਹੀ ਹੈ ਰਿਕੁਐਸਟ, ਸਾਨੂੰ ਸਾਡਾ ਇਨਸਾਫ਼ ਕੀਤਾ ਜਾਵੇ। ਇਹ ਤੁਸੀਂ ਇੱਕ ਸਰਟੀਫਿਕੇਟ ਦਿਖਾ ਰਹੇ ਹੋ, ਕਿਸ ਚੀਜ਼ ਦਾ ਸਰਟੀਫਿਕੇਟ ਹੈ? ਮੈਂ ਸ਼ਰਨਾਰਥੀ ਹੈਗਾ, ਇਸ ਮਹਾਰਾਸ਼ਟਰ ਸਰਕਾਰ ਨੇ ਸਾਨੂੰ ਇੱਕ ਸਰਟੀਫਿਕੇਟ ਦਿੱਤਾ ਸੀ ਉਸ ਟਾਈਮ, ਜੋ ਸ਼ਰਨਾਰਥੀ ਆਇਆ ਸੀ। ਇਹ ਮੇਰੇ ਨਾਮ ਦਾ ਸੀ, ਮਹਿੰਦਰ ਕੁਮਾਰ ਪ੍ਰਭੂ ਦਾ ਥਾਪੜ ਦਾ ਨਾਮ ਹੈ। ਉਸ ਟਾਈਮ ਮੇਰੀ ਉਮਰ 3 ਸਾਲ ਦੀ ਸੀ, ਤੁਸੀਂ ਆਪਣੇ ਹੱਥੀ 5,380 ਰੁਪਏ ਦੇ ਕੇ ਥਾਂ ਖਰੀਦੀ? ਮੇਰੇ ਪਿਤਾ ਜੀ ਪ੍ਰਭੂ ਦਾ ਥਾਪੜ ਜੀ ਨੇ, ਮੇਰੇ ਪਿਤਾ ਜੀ, ਮੇਰੀ ਉਮਰ ਸਾਹਮਣੇ ਦੀ ਗੱਲ ਹੈ, ਮੈਨੂੰ ਯਾਦ ਹੈਗਾ 3 ਸਾਲ ਦੀ ਉਸ ਟਾਈਮ ਉਮਰ ਸੀ। ਇਹ ਮੇਰੇ ਕੋਲ ਪ੍ਰੂਫ ਹੈਗਾ, ਇਹ ਮੇਰੇ ਕੋਲ ਪ੍ਰੂਫ ਹੈਗਾ, ਮੇਰੇ ਪਿਤਾ ਜੀ ਨਾਂ ਦਾ ਵੀ ਹੈਗਾ ਇਸ ਤਰ੍ਹਾਂ ਦਾ ਪ੍ਰੂਫ। ਬਸ ਤੁਹਾਨੂੰ ਕਹਿ ਰਹੇ ਨਿਕਲ ਜਾਓ, ਅਸੀਂ ਨਿਕਲਣ ਨੂੰ ਤਿਆਰ ਹਾਂ, ਅਸੀਂ ਤਿਆਰ ਹਾਂ ਕਿ ਇੱਥੇ ਨਵੀਆਂ ਬਿਲਡਿੰਗਾਂ ਬਣਾਉਣ, ਲੇਕਿਨ ਤੁਹਾਨੂੰ ਆਸ਼ਵਾਸਨ ਦੇਵਣ ਕਿ ਤੁਹਾਨੂੰ ਵਾਪਸ ਤੁਹਾਨੂੰ ਇੱਥੇ ਵਸਾਇਆ ਜਾਏਗਾ। ਤੁਹਾਨੂੰ ਖੋਖਲੇ ਆਸ਼ਵਾਸਨ ਮਿਲ ਰਹੇ ਨੇ ਸਰਕਾਰ ਦੀ ਤਰਫੋਂ। ਸਾਡੇ ਬੰਦੇ ਸੀਐਮ ਨੂੰ 5 ਟਾਈਮ ਮਿਲ ਕੇ ਆਏ, ਔਰ ਮੈਨੇ ਵੀ ਮਹਾਰਾਸ਼ਟਰ ਗਵਰਨਰ ਨੂੰ ਲੈਟਰ ਪਾਇਆ, ਚੀਫ ਮਿਨਿਸਟਰ ਨੂੰ ਲੈਟਰ ਪਾਇਆ, ਸਾਨੂੰ ਕੋਈ ਜਵਾਬ ਨਹੀਂ ਆ ਰਿਹਾ। ਇਹ ਮੇਰੇ ਕੋਲ ਲੈਟਰ ਹੈਗਾ ਨੇ, ਮਹਿੰਦਰ ਕੁਮਾਰ ਥਾਪਰ, ਗਵਰਨਰ ਆਫ ਮਹਾਰਾਸ਼ਟਰ, ਗਵਰਨਰ ਹਾਊਸ ਬੰਬੇ, ਇਹ ਮੇਰੇ, ਮੈਨੇ ਗਵਰਨਰ ਹਾਊਸ, ਚੀਫ ਮਿਨਿਸਟਰ ਮਹਾਰਾਸ਼ਟਰ,
ਗ੍ਰਹਿ ਨਿਰਮਾਣ ਮੰਤਰੀ ਰੈਵਨਿਊ ਮਿਨਿਸਟਰ ਡਿਸਟ੍ਰਿਕਟ ਕਲੈਕਟਰ ਨੂੰ ਲੈਟਰ ਪਾਇਆ ਸਾਨੂੰ ਮੈਨੂੰ ਸਾਨੂੰ ਕੋਈ ਜਵਾਬ ਨਹੀਂ ਆ ਰਿਹਾ ਸਾਨੂੰ ਕੋਈ ਮੇਰੀ ਇੱਕ ਹੀ ਪ੍ਰਾਰਥਨਾ ਹੈਗੀ ਹੈ ਸਰਕਾਰ ਦੇ ਅੱਗੇ ਸਾਨੂੰ ਇੱਥੇ ਵਸਾਇਆ ਜਾਵੇ ਸਾਡੇ ਬੱਚਿਆਂ ਦਾ ਭਵਿੱਖ ਦਾ ਸਵਾਲ ਹੈ ਭਵਿੱਖ ਦਾ ਸਵਾਲ ਹੈ ਸਾਰਿਆਂ ਦਾ ਸਾਫ ਕੀਤਾ ਜਾਵੇ ਜੀ ਧੰਨਵਾਦ ਕਰਾਂਗੇ ਸਾਡੇ ਨਾਲ ਹੋਰ ਵੀ ਇੱਥੇ ਸਿੱਖ ਸੰਗਤਾਂ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਆਪ ਜੀ ਨਾਲ ਜਾਣਨਾ ਚਾਹਾਂਗੇ ਆਪ ਜੀ ਦਾ ਨਾਮ ਜੀ ਹਾਂ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਕਿੰਨੇ ਤੁਸੀਂ ਕਿੰਨੀ ਉਮਰ ਹੈ ਜੀ ਤੁਹਾਡੀ ਸਾਡੀ 64 64 ਕਿੱਥੇ ਦਾ ਜਨਮ ਹੈ ਤੁਹਾਡਾ ਸਾਡਾ ਜਨਮ ਇੱਧਰ ਦਾ ਬੰਬਈ ਦਾ ਹਾਂ ਜੀ ਅੱਛਾ ਕਿਹੜੇ ਸੰਦ ਦਾ ਹਾਂਜੀ ਕਿਹੜੇ ਸੰਦ ਦਾ ਜਨਮ ਹੈ 54 ਦਾ 54 ਦਾ ਯਾਨੀ ਕਿ ਹੋਰ ਤੁਸੀਂ ਇੱਥੇ ਕਦੋਂ ਆਏ ਸੀਗੇ ਤਕਰੀਬਨ ਤੁਹਾਡੇ ਫਾਦਰ ਸਾਹਿਬ ਵਗੈਰਾ ਤੁਸੀਂ 47 ਹਾਂਜੀ ਅਸੀਂ ਇੱਥੇ ਮਤਲਬ ਇੱਕ ਦੋ ਪਰਿਵਾਰ ਇੱਕ ਹੀ ਉਸੇ ਰੂਮ ਵਿੱਚ ਰਹਿੰਦੇ ਆ ਅੱਛਾ ਹਾਂਜੀ ਠੀਕ ਹੈ ਬਹੁਤ ਤਕਲੀਫ ਆਪਣੇ ਫਾਦਰ ਸਾਹਿਬ ਨੇ ਜਗ੍ਹਾ ਖਰੀਦੀ ਸੀ ਸਾਰੀ ਹੈ ਹਾਂਜੀ ਬਿਲਕੁਲ ਸਾਰੇ ਕਾਗਜ਼ ਹੈਗੇ ਤੁਹਾਡੇ ਕੋਲ ਹੈ ਨਾ ਬਿਲਕੁਲ ਹੈਗੇ ਆ ਹਾਂਜੀ ਫਿਰ ਤੁਹਾਨੂੰ ਕਿਉਂ ਕਿਹਾ ਜਾ ਰਿਹਾ ਜਗ੍ਹਾ ਛੱਡ ਦੇ ਬਸ ਸਾਰਿਆਂ ਨੂੰ ਕਹਿ ਰਹੇ ਛੱਡੋ ਖਾਲੀ ਕਰੋ ਠੀਕ ਹੈ ਜੀ ਹਾਂ ਸੰਗਤ ਜੀ ਹੋਰ ਵੀ ਕੁਛ ਲੋਕ ਇੱਥੇ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਜੋ ਦੇਖ ਸਕਦੇ ਹੋ ਕਿ ਬਹੁਤ ਲੋਕ ਜਿਹੜੇ ਆਪਣੇ ਇਸ ਦਰਦ ਦੇ ਨਾਲ ਭਰੇ ਹੋਏ ਨੇ ਇੱਥੇ ਆਮ ਲੋਕ ਹਮਾਰੇ ਪੂਰਵ ਆਪਣੀ ਪੁਸ਼ਤੈਨੀ ਜ਼ਮੀਨ ਜਗ੍ਹਾ ਛੋੜ ਗਏ ਯਹਾਂ ਪੇ ਉਸ ਸਮੇਂ ਹਮਾਰੀ ਅਨਾਥ ਜੈਸੀ ਸਥਿਤੀ ਜੋ ਉਸ ਸਮੇਂ ਸਾਡੀ ਅਨਾਥ ਜੈਸੀ ਸਥਿਤੀ ਸੀ ਸਾਨੂੰ ਅੱਜ ਵੀ ਵਾਪਸ ਅਨਾਥ ਬਣਾ ਰਹੇ ਨੇ ਸਾਨੂੰ ਅੱਜ ਵੀ ਇਸ ਬੇਘਰ ਕਰ ਰਹੇ ਨੇ ਹਿੰਦੁਸਤਾਨ ਸੰਵਿਧਾਨ ਦੇ ਅਨੁਸਾਰ ਕਿਸੇ ਵੀ ਰਾਜ ਸਰਕਾਰ ਕੋ ਬੇਘਰ ਕਰਨੇ ਕਾ ਅਧਿਕਾਰ ਨਹੀਂ ਹੈ ਇਹ ਹਮਾਰਾ ਸੰਵਿਧਾਨ ਬੋਲ ਰਿਹਾ ਹੈ ਇੰਡੀਅਨ ਕਾਨਸਟੀਟਿਊਸ਼ਨ ਕੇ ਮੁਤਾਬਿਕ ਹਮੇ ਬੇਘਰ ਨਹੀਂ ਕੀਆ ਜਾ ਸਕਤਾ ਹੈ ਠੀਕ ਹੈ ਜੀ ਸੰਗਤ ਜੀ ਤੁਸੀਂ ਦੇਖਿਆ ਕਿ ਜੋ ਇਹਨਾਂ ਦੀ ਸਟੋਰੀ ਜਿਹੜੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਇਸ ਚੀਜ਼ ਨੂੰ ਲੈ ਕੇ ਇੱਕ ਦਰਦ ਜਿਹੜਾ ਹੈਗਾ ਉਹਨਾਂ ਦੇ ਵਿੱਚ ਹੈਗਾ ਕਿ ਜੇ ਆਪਾਂ ਪਹਿਲੇ ਦੇ ਇੱਥੇ ਰਹਿ ਰਹੇ ਹਾਂ ਤੇ ਹੁਣ ਆਪਾਂ ਕਿੱਥੇ ਜਾਈਏ ਅਜੀਤ ਸਿੰਘ ਜੀ ਕੋਰਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੀ ਕਾਰਵਾਈਆਂ ਚੱਲ ਰਹੀਆਂ ਨੇ ਕੀ ਅਪਡੇਟ ਹੈਗੀ ਹੈ ਤੁਹਾਨੂੰ ਕੀ ਲੱਗਦਾ ਕੀ ਹੋਏਗਾ ਵੀਰ ਜੀ ਅਸੀਂ ਪੈਟੀਸ਼ਨ ਫਾਈਲ ਕੀਤੀ ਹੋਈ ਹੈ ਹੁਣ ਜਿਸ ਪੈਟੀਸ਼ਨ ਦੇ ਆਧਾਰ ਤੇ ਸਾਨੂੰ 3 ਅਪ੍ਰੈਲ ਦੀ ਡੇਟ ਮਿਲ ਗਈ ਹੈ ਅਸੀਂ ਵੀਰ ਜੀ ਗੌਰਮੈਂਟ ਕੋਲ ਸਿੱਖ ਕਮਿਊਨਿਟੀ ਇਧਰ ਹਰ ਸਿੱਖ ਕਮਿਊਨਿਟੀ ਪੰਜਾਬੀ ਕਮਿਊਨਿਟੀ ਇਧਰ ਅੱਜ ਦਾ ਦਿਨ ਹੈ 26/11 ਅੱਜ ਤੋਂ ਮੈਨੂੰ ਲੱਗਦਾ 11 ਸਾਲ ਪਹਿਲੇ 10 ਸਾਲ ਪਹਿਲੇ ਜਦੋਂ ਇਧਰ ਤਾਜ ਤੇ ਅਟੈਕ ਹੋਇਆ ਸੀ ਇਧਰੋਂ ਹੀ ਦਸ਼ਮੇਸ਼ ਦਰਬਾਰ ਤੋਂ ਮਦਦ ਉਧਰ ਗਈ ਸੀ 3 ਦਿਨ ਤੱਕ ਪੁਲਿਸ ਦਾ ਲੰਗਰ ਦਸ਼ਮੇਸ਼ ਦਰਬਾਰ ਤੋਂ ਗਿਆ ਸੀ 26 ਜੁਲਾਈ ਹੋਇਆ ਸੀ ਤਾਂ ਵੀ ਇਧਰੋਂ ਦੀ ਲੰਗਰ ਸਭ ਗਿਆ ਸੀ ਮਤਲਬ ਇੰਨਾ ਸਭ ਅਸੀਂ ਹਰ ਵੇਲੇ ਇੱਧਰ ਦੇ ਸਭ ਨਾਲ ਖੜੇ ਹਾਂ ਗੁਰੂ ਨਾਨਕ ਦੀ ਮਿਹਰ ਨਾਲ ਗੁਰੂ ਨਾਨਕ ਦਾ ਲੰਗਰ ਚਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਅਜੇ ਸਰਕਾਰ ਸਾਨੂੰ ਹੀ ਬੇਗਰ ਕਰਨੇ 'ਤੇ ਲੱਗੀ ਹੋਈ ਹੈ ਸਾਨੂੰ ਵੀਰ ਜੀ ਕੁਛ ਨਹੀਂ ਚਾਹੀਦਾ ਸਾਨੂੰ ਇੱਕ ਪਾਲਿਸੀ ਦੇਣ ਅਸੀਂ ਇੱਕ ਅੱਛੀ ਪਾਲਿਸੀ ਦੇ ਦੇਣ ਕਿ ਅਸੀਂ ਕਿਸੇ ਵੀ ਬਿਲਡਰ ਨਾਲ ਜਾ ਕੇ ਬੈਠ ਕੇ ਅਸੀਂ ਰੀਡਿਵਲਪਮੈਂਟ ਜਾ ਸਕੀਏ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀਆਂ ਨਵੀਆਂ ਬਿਲਡਿੰਗਾਂ ਬਣਨ ਅਸੀਂ ਵੀ ਕੋਈ ਪੁਰਾਣੀਆਂ ਜਰਜਰ ਬਿਲਡਿੰਗਾਂ ਨਹੀਂ ਰਹਿਣਾ ਚਾਹੁੰਦੇ ਹਾਂ ਬਟ ਇਹ ਗੌਰਮੈਂਟ ਵੱਲੋਂ ਡਿਲੇ ਹੋ ਰਿਹਾ ਵੀਰ ਜੀ 7 ਵਾਰ CM ਨੂੰ ਮਿਲਣਾ ਕੋਈ ਛੋਟੀ ਗੱਲ ਨਹੀਂ ਹੈ ਵੀਰ ਜੀ ਅਸੀਂ ਚਾਹੁੰਦੇ ਹਾਂ ਕਿ ਪੂਰੇ ਦੁਨੀਆ ਵਿੱਚ ਅਕਾਲ ਚੈਨਲ ਕੈਨੇਡਾ UK ਵਿੱਚ ਚੱਲਦਾ ਕਿ ਸਾਡੇ ਇੱਧਰ ਦੇ CM ਨੂੰ ਸਾਡੇ ਇੱਧਰ ਦੇ PM ਨੂੰ ਟਵਿੱਟ ਕਰਨ ਕਿ ਬੋਲਣ ਕਿ ਬਈ ਉਹਨਾਂ ਨੂੰ ਦੇਖਿਆ ਜਾਵੇ ਉਹਨਾਂ ਬਾਰੇ ਕੁਝ ਸੋਚਿਆ ਜਾਵੇ ਜੀ ਸੰਗਤ ਜੀ 10 ਸਾਲ ਪਹਿਲੇ ਮੁੰਬਈ ਦੇ ਵਿੱਚ 26/11 ਦਾ ਐਸਾ ਟੈਰਰ ਅਟੈਕ ਹੋਇਆ ਜਿਹਦੇ ਕਰਕੇ ਸਾਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਰਹੀ ਬਹੁਤ ਮਾੜਾ ਹੋਇਆ ਅਕਾਲ ਚੈਨਲ ਵੀ ਉਹਦੀ ਪੂਰੀ ਪੁਰਜ਼ੋਰ ਨਿੰਦਾ ਕਰਦਾ ਹੈਗਾ ਕਿ ਕੋਈ ਵੀ ਆਤੰਕਵਾਦੀ ਹਮਲਾ ਇਸ ਤਰੀਕੇ ਕਿਸੇ ਦੇ ਉੱਪਰ ਵੀ ਨਹੀਂ ਹੋਣਾ ਚਾਹੀਦਾ ਕਿਸੇ ਦੇ ਵੀ ਨਸਲਕੁਸ਼ੀ ਨਹੀਂ ਹੋਣੀ ਚਾਹੀਦੀ ਕਿਸੇ ਦੇ ਵੀ ਨਾਲ ਕੋਈ ਬੁਰਾ ਵਰਤਾਵ ਨਹੀਂ ਹੋਣਾ ਚਾਹੀਦਾ ਉਸ ਸਮੇਂ ਬੰਬੇ ਦੀ ਸਿੱਖ ਕਮਿਊਨਿਟੀ ਨੇ ਐਸੇ ਕਲੋਨੀ ਨੇ ਇੱਧਰ ਦੇ ਸਿੱਖਾਂ ਨੇ ਇੱਧਰ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਨੇ ਕਈ ਦਿਨਾਂ ਤੱਕ ਲੰਗਰ ਦੀ ਸੇਵਾ ਉਹਨਾਂ ਟੈਰਰ ਅਟੈਕ ਦੇ ਵਿੱਚ ਉਹ ਜ਼ਖਮੀ ਲੋਕਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਭੇਜੀ ਪਰ ਇਹਨਾਂ ਲੋਕਾਂ ਨੂੰ ਕੀ ਸਿਲਾ ਮਿਲ ਰਿਹਾ ਇਹਨਾਂ ਨੂੰ ਮਿਲ ਰਿਹਾ ਹੈਗਾ ਇੱਕ ਸਰਕਾਰੀ ਔਰ ਕਾਨੂੰਨੀ ਨੋਟਿਸ ਜਿਹਦੇ ਵਿੱਚ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਜਗ੍ਹਾਵਾਂ ਨੂੰ ਛੱਡੋ ਔਰ ਜਿੱਥੇ ਮਰਜ਼ੀ ਜਾਓ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਜਗ੍ਹਾਵਾਂ ਜਿਹੜੀਆਂ ਹੈਗੀਆਂ ਤੁਸੀਂ ਇਹ ਛੱਡ ਦਵੋ ਇਹਨੂੰ ਅਸੀਂ ਕੀ ਕਹੀਏ ਕੀ ਇਹ ਆਤੰਕਵਾਦ ਨਹੀਂ ਜੇ ਉਹ ਇੰਟਰਨੈਸ਼ਨਲ ਜੇ ਉਹ ਆਤੰਕਵਾਦ ਸੀਗਾ ਜੇ ਕਿਸੇ ਮੁਲਕ ਵੱਲੋਂ ਕੀਤਾ ਗਿਆ ਕਿਸੇ ਆਤੰਕਵਾਦੀ ਸੰਸਥਾ ਵੱਲੋਂ ਕੀਤਾ ਆਤੰਕਵਾਦ ਸੀ ਇਹਨੂੰ ਅਸੀਂ ਕੀ ਨਾਮ ਦੇਈਏ ਇਹ ਜੋ ਸਰਕਾਰ ਵੱਲੋਂ ਤਸ਼ੱਦਦ ਹੋ ਰਹੀ ਹੈ ਕੀ ਇਹ ਕਿਸੇ ਤਰੀਕੇ ਦਾ ਆਤੰਕਵਾਦ ਨਹੀਂ ਹੈ ਜੋ ਇਹਨਾਂ ਲੋਕਾਂ ਦੇ ਨਾਲ ਹੋ ਰਿਹਾ ਭਾਵੇਂ ਇਹ 1 ਲੱਖ ਲੰਗਰ ਲਗਾ ਦੇਣ ਭਾਵੇਂ ਐਸੇ ਕਮਿਊਨਿਟੀ ਉਹਨਾਂ ਲੋਕਾਂ ਵਾਸਤੇ ਬੰਬੇ ਵਾਸਤੇ ਬਾਰਿਸ਼ ਦੇ ਵਿੱਚ ਜਦੋਂ 26 ਜੁਲਾਈ ਵੀ ਹੋਈ ਲਗ ਵੱਡੇ ਵੱਡੇ ਲੰਗਰ ਸੇਵਾਵਾਂ ਗਈਆਂ ਉਸ ਤੋਂ ਇਲਾਵਾ 26/11 ਦੇ ਟੈਰਰਿਸਟ ਅਟੈਕ ਦੇ ਉੱਪਰ ਵੀ ਲੰਗਰ ਦੀ ਸੇਵਾਵਾਂ ਗਈਆਂ ਪਰ ਇਹਨਾਂ ਨੂੰ ਬਦਲੇ ਦੇ ਵਿੱਚ ਕੀ ਮਿਲ ਰਿਹਾ ਸੋ ਇਸ ਕਰਕੇ ਇਹਨਾਂ ਲੋਕਾਂ ਦੀ ਜੋ ਗੱਲਬਾਤ ਸੁਣਨ ਵਾਸਤੇ ਅਕਾਲ ਚੰਨ ਟੀਮ ਇੱਥੇ ਪਹੁੰਚੀ ਸੀ ਅਜੀਤ ਸਿੰਘ ਜੀ ਅਖੀਰ ਦੇ ਤੌਰ ਦੇ ਵਿੱਚ ਅਸੀਂ ਇਹ ਗੱਲ ਤੁਹਾਡੇ ਤੋਂ ਜਾਣਨਾ ਚਾਹਾਂਗੇ ਸਰਕਾਰ ਦੇ ਵਿੱਚ ਜੇ ਇੱਥੇ ਐਡੀ ਵੱਡੀ ਕਲੋਨੀ ਹੈ ਜਿਹੜੀ ਸਿੱਖਾਂ ਦੀ ਭਰੀ ਹੋਈ ਹੈ ਵੋਟਾਂ ਦੇ ਨਾਲ ਸਰਕਾਰਾਂ ਚੱਲਦੀਆਂ ਨੇ
ਲਾਸਟ ਕੀ ਜਦੋਂ ਵੋਟਾਂ ਮੰਗਣ ਵਾਸਤੇ ਜਿਨ੍ਹਾਂ ਨੂੰ ਤੁਸੀਂ ਐਮਐਲਏ ਜਾਂ ਐਮਪੀ ਜਾਂ ਨਿਗਮ ਪਰਿਸ਼ਦ ਕੌਂਸਲਰ ਬੁਲਾਇਆ ਅੱਜ ਉਹ ਕਿੱਥੇ ਨੇ ਉਹਨਾਂ ਨਾਲ ਤੁਸੀਂ ਗੱਲ ਕਰਦੇ ਹੋ ਕਿ ਉਹਨਾਂ ਨੂੰ ਤੁਹਾਡੀਆਂ ਵੋਟਾਂ ਦੁਬਾਰਾ ਨਹੀਂ ਚਾਹੀਦੀਆਂ ਵੀਰ ਜੀ ਉਹ ਲੋਕ ਵੀ ਕਹਿੰਦੇ ਨੇ ਕਿ ਅਸੀਂ ਕਰਸਪੋਂਡੈਂਸ ਕਰ ਰਹੇ ਹਾਂ ਲੇਕਿਨ ਅੱਜ ਵੀ ਸਾਡੇ ਕੋਲ ਰਿਟਨ ਕਰਸਪੋਂਡੈਂਸ ਕੁਝ ਵੀ ਨਹੀਂ ਹੈ ਕਿ ਅੱਜ ਸਾਡੇ ਐਮਐਲਏ ਬੋਲ ਰਹੇ ਨੇ ਸਾਡੇ ਕਾਰਪੋਰੇਟਰ ਕਹਿ ਰਹੇ ਨੇ ਕਿ ਕਰਸਪੋਂਡੈਂਸ ਸਾਡਾ ਚਾਲੂ ਹੈ ਲੇਕਿਨ ਅੱਜ ਤੱਕ ਉਹਨਾਂ ਨੇ ਵੀ ਸਾਨੂੰ ਕੋਈ ਰਿਟਨ ਕਰਸਪੋਂਡੈਂਸ ਨਹੀਂ ਕਰਕੇ ਦਿੱਤਾ ਪਹਿਲੇ ਕਹਿੰਦੇ ਸਨ ਕਿ ਇੱਧਰ ਮਾਡਾ ਡਿਵੈਲਪ ਕਰੇਗਾ ਮਾਡਾ ਡਿਵੈਲਪ ਕਰੇਗਾ ਫਿਰ ਇੱਧਰ ਬਾਅਦ ਵਿੱਚ ਬੋਲਿਆ ਗਿਆ ਹੁਣ ਮਾਡਾ ਨਹੀਂ ਹੈ ਹੁਣ ਪ੍ਰਾਈਵੇਟ ਬਿਲਡਰ ਡਿਵੈਲਪ ਕਰੇਗਾ ਲੇਕਿਨ ਮਤਲਬ ਗੌਰਮੈਂਟ ਵੱਲੋਂ ਕੋਈ ਪੋਲਿਸੀ ਨਹੀਂ ਹੈ ਕਿਉਂਕਿ ਬਿਲਡਰ ਵੀ ਤਾਂ ਕੋਈ ਆਏਗਾ ਜਦੋਂ ਗੌਰਮੈਂਟ ਕੁਝ ਪੋਲਿਸੀ ਡਿਕਲੇਅਰ ਕਰੇਗੀ ਹੁਣ ਆਪਾਂ ਵੀ ਥੋੜ੍ਹੇ ਕਨਫਿਊਜ਼ ਹਾਂ ਜਿਸ ਤਰ੍ਹਾਂ ਸਾਡੇ ਜਸਪਾਲ ਵੀਰ ਜੀ ਨੇ ਬੋਲਿਆ ਇਹ ਜਿਹੜੀ ਲੈਂਡ ਇਟਸ ਦਾ ਹਾਰਟ ਆਫ ਦੀ ਸਿਟੀ ਤੇ ਇਦਾਂ ਦੀਆਂ ਮੈਂ ਜਿੱਦਾਂ ਪਹਿਲੇ ਵੀ ਬਤਾਈ 34 ਕਾਲਨੀਆਂ ਨੇ ਇਹ ਲੈਂਡ ਤੇ ਗਵਰਨਮੈਂਟ ਦੀ ਨਜ਼ਰ ਹੈ ਕਿ ਹਾਰਟ ਦੇ ਆਫ ਸਿਟੀ ਦੇ ਵਿੱਚ ਹੈ ਤੇ ਸਾਨੂੰ ਬੇਗਰ ਕੀਤਾ ਜਾ ਰਿਹਾ ਤੇ ਬਾਕੀ ਵੀ ਕਾਲਨੀਆਂ ਨੇ ਸਾਡੇ ਤੋਂ ਪੁਰਾਣੀਆਂ ਨੇ ਅੱਜ ਤੁਸੀਂ ਇਧਰ ਮਸਜਿਦ ਬੰਦਰ ਚਲੇ ਜਾਓ ਜੇਜੇ ਹਸਪੀਟਲ ਕੋਲ ਚਲੇ ਜਾਓ ਆਏ ਦਿਨ ਨਿਊਜ਼ ਹੀ ਜਾਂਦਾ ਹੈ ਕਿ ਉਧਰ ਬਿਲਡਿੰਗ ਡਿੱਗ ਪਈ ਇਹ ਹੋ ਗਿਆ ਸਾਡੇ ਇਧਰ ਤਾਂ ਅੱਜ ਤੱਕ ਕੋਈ ਇਦਾਂ ਦਾ ਕੁਝ ਹੋਇਆ ਨਹੀਂ ਹੈ ਔਰ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗੇ ਕਿ ਇਦਾਂ ਕੋਈ ਹਾਦਸਾ ਹੋਵੇ ਵੀ ਨਹੀਂ ਲੇਕਿਨ ਉਧਰ 150-150 ਸਾਲ ਪੁਰਾਣੀਆਂ ਬਿਲਡਿੰਗਾਂ ਦਾ ਕੁਝ ਨਹੀਂ ਕੀਤਾ ਜਾਂਦਾ ਉਧਰ ਸਰਕਾਰ ਕੁਝ ਨਹੀਂ ਕਰ ਪਾਉਂਦੀ ਇਨ ਅਦਰ ਵਰਡਸ ਵੀ ਕੈਨ ਸੇ ਲਾਈਕ ਦੈਟ ਉਧਰ ਕੁਝ ਨਹੀਂ ਕਰ ਪਾਉਂਦੀ ਇੱਧਰ ਅਸੀਂ ਮੁੱਠੀ ਪਰ ਥੋੜ੍ਹੇ ਜਿਹੇ ਸਿੱਖ ਪੰਜਾਬੀ ਰਹਿੰਦੇ ਹਾਂ ਜਿਹੜੇ ਮਤਲਬ ਇੱਕ ਬੋਲਦੇ ਨਾ ਨਰਬ ਦਿਲ ਕੌਮ ਹੈ ਤੇ ਉਹਨਾਂ ਨੂੰ ਹੀ ਤੰਗ ਕੀਤਾ ਜਾਵੇ ਉਧਰ ਬਾਕੀਆਂ ਦਾ 150-150 ਸਾਲ ਪੁਰਾਣੀਆਂ ਬਿਲਡਿੰਗਾਂ ਦਾ ਤਾਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਇੱਕ ਵਾਰ ਉਧਰ ਵੀ ਜਾ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਉਧਰ ਵੀ ਤੁਸੀਂ ਰੀਡੈਵਲਪ ਦਿਓ ਨਾ ਅਸੀਂ ਤਾਂ ਤੁਹਾਡੇ ਕੋਲ ਰੀਡੈਵਲਪਮੈਂਟ ਪਲਾਨ ਮੰਗ ਰਹੇ ਹਾਂ ਰੀਡੈਵਲਪਮੈਂਟ ਸਕੀਮ ਮੰਗ ਰਹੇ ਹਾਂ ਸਾਨੂੰ ਸਕੀਮ ਦਿਓ ਅਸੀਂ ਰੀਡੈਵਲਪਮੈਂਟ ਜਾਣਾ ਚਾਹੁੰਦੇ ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਨਵੇਂ ਘਰ ਮਿਲਣ ਸਾਡੇ ਬੱਚੇ ਨਵੇਂ ਵੈਲ ਫਰਨਿਸ਼ ਮਕਾਨ ਹੀ ਰਹਿਣ ਕੋਈ ਮੀਡੀਆ ਤੁਹਾਡੇ ਨਾਲ ਆ ਕੇ ਇਸ ਬਾਰੇ ਗੱਲ ਕਰਦਾ ਤੁਹਾਡੀ ਇਸ ਸਮੱਸਿਆ ਨੂੰ ਉਤਾਰ ਉਤਾਰ ਕਾਫੀ ਨਿਊਜ਼ ਚੈਨਲਸ ਆਏ ਨੇ ਵੀਰ ਜੀ ਸਭ ਨੇ ਲਿਆ ਲੇਕਿਨ ਮੈਨੂੰ ਲੱਗਦਾ ਗਵਰਨਮੈਂਟ ਦੇ ਦਬਾਅ ਵਿੱਚ ਕੋਈ ਦਿਖਾ ਨਹੀਂ ਪਾਉਂਦਾ ਠੀਕ ਹੈ ਅੱਜ ਅਕਾਲ ਚੈਨਲ ਨੇ ਤੁਹਾਡੇ ਨਾਲ ਪਹਿਲੇ ਵੀ ਇਸ ਬਾਰੇ ਗੱਲ ਕੀਤੀ ਆ ਤੁਹਾਡੇ ਕੋਲ ਇੱਥੇ ਮੌਜੂਦ ਵੀ ਹੈ ਤੁਹਾਡੇ ਨਾਲ ਉਸ ਥਾਂ ਤੇ ਮੌਜੂਦ ਵੀ ਹੈਗਾ ਇੰਟਰਨੈਸ਼ਨਲ ਲੈਵਲ ਤੇ ਅਕਾਲ ਚੈਨਲ ਇਸ ਚੀਜ਼ ਦੀ ਨੇ ਮੰਗ ਪਹਿਲੇ ਵੀ ਜੋ ਇੱਕ ਪ੍ਰੋਗਰਾਮ ਦੇ ਰਾਹੀਂ ਤੁਹਾਡੀ ਸਾਰਿਆਂ ਦੀ ਆਵਾਜ਼ ਲੈ ਕੇ ਗਏ ਸੀਗੇ ਤੁਸੀਂ ਕੀ ਕਹਿਣਾ ਚਾਹੋ ਬਸ ਵੀਰ ਜੀ ਮੈਂ ਪਹਿਲੇ ਵੀ ਇਹੀ ਰਿਕੁਐਸਟ ਕੀਤੀ ਹੈ ਹੁਣ ਵੀ ਇਹੀ ਰਿਕੁਐਸਟ ਕਰਾਂਗੇ ਕਿ ਹੱਥ ਜੋੜ ਕੇ ਸਾਡੀ ਰਿਕੁਐਸਟ ਹੈ ਕਿ ਬਈ ਪੂਰੀ ਦੁਨੀਆ ਦੇ ਜਿਹੜੇ ਸਿੱਖ ਪੰਜਾਬੀ ਭਰਾ ਨੇ ਉਹ ਟਵੀਟ ਕਰਨ ਸਾਡੇ ਸੀਐਮ ਨੂੰ ਸਾਡੇ ਪੀਐਮ ਨੂੰ ਕਿ ਬਈ ਤੁਸੀਂ ਉਹਨਾਂ ਬਾਰੇ ਸੋਚੋ ਉਹਨਾਂ ਨੂੰ ਕੋਈ ਅੱਛੀ ਪਾਲਿਸੀ ਦਿਓ ਉਹਨਾਂ ਨੂੰ ਰੀਡਿਵੈਲਪਮੈਂਟ ਜਾਣ ਦਿਓ ਪਹਿਲੇ ਵੀ ਅਕਾਲ ਚੈਨਲ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਸਾਡਾ ਕਵਰ ਕੀਤਾ ਹੈ ਜੋ ਲੌਂਗੋਵਾਲ ਜੀ ਵੀ ਆਏ ਸਨ ਤਾਂ ਵੀ ਅਕਾਲ ਚੈਨਲ ਨੇ ਕਵਰ ਕੀਤਾ ਹੈ ਅਸੀਂ ਪਹਿਲੇ ਅੱਗੇ ਵੀ ਅਸੀਂ ਅਕਾਲ ਚੈਨਲ ਕੋਲ ਇਹੀ ਸਪੋਰਟ ਮੰਗਾਂਗੇ ਕਿ ਬਈ ਸਾਡੇ ਨਾਲ ਹਮੇਸ਼ਾ ਖੜੇ ਰਹਿਣ ਬਸ ਧੰਨਵਾਦ ਕਰਦੇ ਹਾਂ ਅਸੀਂ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਸੰਗਤ ਜੀ ਇਹਨਾਂ ਲੋਕਾਂ ਦੀ ਗੱਲਬਾਤ ਕਰਨ ਵਾਸਤੇ ਇਹਨਾਂ ਦੀ ਆਵਾਜ਼ ਆਪ ਸਾਰੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਅਕਾਲ ਚੈਨਲ ਇੱਕ ਮੀਡੀਆ ਦੇ ਤੌਰ ਤੇ ਆਪਣੀ ਸੇਵਾਵਾਂ ਦਾ ਫਰਜ਼ ਨਿਭਾਉਂਦੇ ਹੋਏ ਆਇਆ ਹੈਗਾ ਇਹਨਾਂ ਲੋਕਾਂ ਦੇ ਜਜ਼ਬਾਤਾਂ ਨੂੰ ਤੁਸੀਂ ਸੁਣਿਆ ਹੈਗਾ ਤੇ ਇਹ ਜੋ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਮਾਮਲਾ ਹੈਗਾ ਆਪਾਂ ਆਪਣੇ ਆਪਣੇ ਲੈਵਲ ਤੇ ਇਹਨਾਂ ਦੀ ਆਵਾਜ਼ ਚੁੱਕੀਏ ਤਾਂ ਕਿ ਇੱਧਰ ਦੇ ਤਕਰੀਬਨ 12-13 ਹਜ਼ਾਰ ਰਹਿ ਰਹੇ ਸਿੱਖ ਅਤੇ ਪੰਜਾਬੀ ਪਰਿਵਾਰਾਂ ਦੇ ਉੱਪਰ ਕੋਈ ਭੀੜ ਨਾ ਪੈ ਜਾਵੇ ਕਿਉਂਕਿ ਜੇ ਬੰਬੇ ਦੇ ਵਿੱਚ ਸਭ ਤੋਂ ਵੱਡੀ ਜੋ ਗੋਲੀਵਾਲਾ ਨਾਮ ਦੀ ਹੈ ਥਾਂ ਜਿਹੜੀ ਹੈਗੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਜੋ ਇਸ ਕਲੋਨੀ ਦਾ ਨਾਮ ਹੈਗਾ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਇੱਥੇ ਕਾਲਜ ਔਰ ਸਕੂਲ ਚੱਲਦੇ ਨੇ 5-5, 6-6, 7-7 ਗੁਰਦੁਆਰੇ ਇਸ ਕਲੋਨੀ ਦੇ ਵਿੱਚ ਹੈਗੇ ਨੇ ਤਕਰੀਬਨ 20-25 ਬਿਲਡਿੰਗਾਂ ਦੇ ਉੱਪਰ ਹੀ ਪੂਰੇ ਬੰਬੇ ਨੂੰ ਛੱਡ ਕੇ ਜਿਹੜਾ ਹੈਗਾ ਇਹ ਜੋ ਧੱਕਾ ਕਿਉਂ ਕੀਤਾ ਜਾ ਰਿਹਾ ਹੈਗਾ ਇਸ ਚੀਜ਼ ਦਾ ਜਵਾਬ ਜਿਹੜਾ ਹੈਗਾ ਸਾਨੂੰ ਵੀ ਆਪਣੇ ਸਰਕਾਰੇ ਜਿਹੜੇ ਦੁਆਰੇ ਜਿਹੜੇ ਹੈਗੇ ਹੈ ਉਹਨਾਂ ਤੋਂ ਜ਼ਰੂਰ ਲੈਣਾ ਚਾਹੀਦਾ ਹੋਰ ਆਪਣੇ ਹਰ ਇੱਕ ਲੈਵਲ 'ਤੇ ਹਰ ਪੋਸੀਬਲ ਵੇ ਦੇ ਵਿੱਚ ਆਪਣੀ ਅਸੀਂ ਆਵਾਜ਼ ਨੂੰ ਚੱਕੀ ਅਕਾਲ ਚੰਨ ਨੇ ਫਰਜ਼ ਸਮਝਦੇ ਹੋਏ ਇਹਨਾਂ ਦੀ ਆਵਾਜ਼ ਆਪ ਜਿੱਤੇ ਗਲਿਆਰੇ ਦੇ ਵਿੱਚ ਸੰਗਤ ਦੇ ਗਲਿਆਰੇ 'ਚ ਪਹੁੰਚਾਈ ਹੈਗੀ ਇਸੇ ਤਰੀਕੇ ਸਾਰੀ ਸਟੋਰੀ ਦੇ ਨਾਲ ਔਰ ਜੋ ਵੀ ਇਹਦੀ ਅਪਡੇਟ ਹੋਏਗੀ ਉਹਦੇ ਨਾਲ ਅਸੀਂ ਤੁਹਾਨੂੰ ਜੋੜਦੇ ਰਵਾਂਗੇ ਸੰਗਤ ਜੀ ਤੁਸੀਂ ਦੇਖ ਰਹੇ ਹੋ ਅਕਾਲ ਚੰਨ ਕੈਮਰਾਮੈਨ ਵਰਿੰਦਰ ਸਿੰਘ ਵਿੱਕੀ ਦੇ ਨਾਲ ਦਾਸ ਗੁਰਪ੍ਰੀਤ ਸਿੰਘ ਪੂਈ ਮੁੰਬਈ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਬੋਲ